ਸਿੱਧੀ ਕਾਇ ਕਨਾ ਸਰਾਂ ਨੇ ਬੈਠੀਆਂ ਹੋਈਆਂ ਨਾਲੇ ਤਰੋਈ ਜਾਂਦੀਆਂ ਨੇ ਨਾਲੇ ਕਹਿੰਦੀਆਂ ਨਹੀਂ ਉਹ ਅਬਿਆਜ਼ੂ ਯੁਸਤਸਕਲ ਗਮਾਮ ਬਿਵਜਹੀ ਸਿਮਾਲੁਲ ਯਤਾਮਾ ਇਸਮਤੁਲ ਲਿਲ ਆਰਾਮਲੀ ਇੱਕ ਇਹੋ ਜਿਹਾ ਸੋਹਣਾ ਚਿਹਰਾ ਏ ਜਿਹਨੂੰ ਵੇਖਿਆ ਆਸਮਾਨਾਂ ਤੋਂ ਬੱਦਲ ਵਸਣ ਲੱਗ ਪੈਂਦੇ ਨੇ ਹਜ਼ਰਤ ਅਬੂ ਬਕਰ ਦੀਆਂ ਅੱਖਾਂ ਚੋਂ ਆਂਸੂ ਡੁੱਲ ਪਏ ਕਹਿੰਦੇ ਨੇ ਬੇਟੀ ਮੇਰੀ ਤਕਲੀਫ ਤੋਂ ਨਾਜਾਇਜ਼ ਫਾਇਦਾ ਨਾ ਉਠਾਵੀ ਇਹ ਚਿਹਰਾ ਚਿਹਰਾ ਜਨਾਬੇ ਮੁਹੰਮਦ ਰਸੂਲੁੱਲਾਹ ਦਾ ਜਿਹਨੂੰ ਵੇਖਿਆ ਅਸਮਾਨਾਂ ਦੇ ਬੱਦਲ ਰਹਿਮਤਾਂ ਦੀ ਫੁਹਾਰ ਬਰਸਾਣ ਲੱਗ ਜਾਂਦੇ ਨੇ ਇਹ ਤੇ ਚਿਹਰਾ ਸੋਹਣੇ ਨਬੀ ਦਾ ਬੇਟੀ ਰੋ ਕਿਉਂ ਰਹੀ ਏ ਕਿਆ ਤੇਰੇ ਅੱਪੇ ਨੇ ਆਪਣੇ ਦੌਰੇ ਹਕੂਮਤ ਅੰਦਰ ਗੁਲਾਮਾਂ ਨਾਲ ਚੰਗਾ ਸਲੂਕ ਨਹੀਂ ਕੀਤਾ ਹੱਕ ਵਾਲਿਆਂ ਦੇ ਹੱਕ ਨਹੀਂ ਦਿਲਵਾਏ ਨਾ 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 ਬਾਬਾ ਇੱਥੇ ਬਾਤ ਨਹੀਂ ਔਰ ਫਿਰ ਬੇਟੀ ਇਸ ਕਰਕੇ ਰੋ ਰਹੀ ਹੋਏਗੀ ਤੇਰੇ ਅੱਬੇ ਨੇ ਆਪਣਾ ਘਰ ਬੈਤੁਲ ਮਾਲ ਨਾਲ ਭਰ ਲਿਆ ਏ ਬੈਤੁਲ ਮਾਲ ਆਪਣੇ ਜ਼ਾਤੀ ਮਥਰ ਬੰਦਰ ਲੈ ਆਂਦਾ ਬਿਲਡਿੰਗਾਂ ਬਣਾ ਲਈਆਂ ਮੁਰੱਬੇ ਖਰੀਦ ਕਰ ਲੈ ਨਾ 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 ਅਬੂ ਜੀ ਇਹ ਵੀ ਬਾਤ ਨਹੀਂ ਏ ਔਰ ਫਿਰ ਧੀਏ ਤੇਰੇ ਰੋਣੇ ਦੀ ਵਜ੍ਹਾ ਕੀ ਏ ਹਜ਼ਰਤ ਐਸ਼ਾਰਤ ਕਰਦੀਆਂ ਨੇ ਬਾਬਾ ਮੈਂ ਰੋ ਤੇ ਇਸ ਕਰਕੇ ਰਹੀ ਹਾਂ ਅੱਜ ਖਲੀਫਾਤੁਲ ਮੁਸਲਿਮੀਨ ਜਾਨਾਂ ਤੋਂ ਕੂਚ ਫਰਮਾ ਰਹੇ ਨੇ ਘਰ ਅੰਦਰ ਨਾ ਹੀ ਨਵਾਂ ਕਫਨ ਮੌਜੂਦ ਏ ਨਾ ਹੀ ਨਵੇਂ ਕਫਨ ਵਾਸਤੇ ਪੈਸੇ ਮੌਜੂਦ ਨੇ ਹਜ਼ਰਤ ਅਬੂ ਬਕਰ ਫਰਮਾਉਂਦੇ ਨੇ ਧੀਏ ਤੈਨੂੰ ਕਿਸ ਦੱਸਿਆ ਏ ਉੱਥੇ ਨਵੇਂ ਕਫਨਾਂ ਨਾਲ ਗੱਲ ਬਣਦੀ ਏ ਕਿੰਨੇ ਦੱਸਿਆ ਏ ਬੇਟੀ ਉੱਥੇ ਨਵੇਂ ਕਫਨਾਂ ਨਾਲ ਗੱਲ ਮੁੱਕਦੀ ਏ ਕਫਨ ਪੁਰਾਣਾ ਕਿਉਂ ਨਾ ਹੋਵੇ ਅਮਲ ਚੰਗੇ ਹੋਣ ਜੰਨਤ ਦੀਆਂ ਪੁਸ਼ਾਕਾਂ ਤੇਰੀ ਕਬਰ ਅੰਦਰ ਪਹੁੰਚ ਜਾਣਗੀਆਂ ਕਬਰ ਦੇ ਥੇਰੇ ਨੂੰ ਖਤਮ ਕਰਨ ਵਾਸਤੇ ਜੰਨਤ ਦਾ ਨੂਰ ਪਹੁੰਚ ਜਾਏਗਾ ਚਾਨਣ ਲਾ ਦੇਗਾ ਬੇਟੀ ਇਹਦੇ ਅੰਦਰ ਰੋਣੇ ਦੀ ਕਿਹੜੀ ਵਜ੍ਹਾ ਏ ਇਹ ਦੋ ਥੁਲੀਆਂ ਗੋਈਆਂ ਪੁਰਾਣੀਆਂ ਚਾਦਰਾਂ ਇਹਨਾਂ ਅੰਦਰ ਮੈਨੂੰ ਦਫਲਾ ਦੇਣਾ ਅਗਰ ਕੋਈ ਨਵਾਂ ਕੱਪੜਾ ਮੁਯੱਸਰ ਆਵੇ ਕਿਸੇ ਯਤੀਮ ਮਿਸਕੀਨ ਨੂੰ ਦੇ ਦੇਣਾ ਕਿਉਂ ਜੋ ਮੋਏ ਬੰਦੇ ਨਾਲੋਂ ਜਿਉਂਦਾ ਬੰਦਾ ਜ਼ਿਆਦਾ ਜ਼ਰੂਰਤਮੰਦ ਹੁੰਦਾ ਹੈ كُلُّ نَفْسٍ ذَائِقَةُ الْمَوْتِ كُلُّ مَنْ عَلَيْهَا فَانٍ وَيَبْقَى وَجْهُ رَبِّكَ ذُو الْجَلَالِ وَالْإِكْرَامِ